ਔਰ ਦੀ ਸੰਗੜੀ ਸ਼ਾ ਵਾਂਗ ਇੱਕ درخت ਤ્યાਗ ਕੁਰਬਾਨੀ ਦਾ ਇੱਕ ਮਜਸਮਾ ਦੁੱਖ ਜ਼ਫਰ ਜਾਲਣ ਵਾਲੀ ਤਪਸਵੀ ਅਤੇ ਅਸੀਸਾਂ ਦਾ ਇੱਕ ਗਹਿਰਾ ਚਸ਼ਮਾ ਹੈ ਔਰਤ ਦੋਸਤੋ 25 ਨਵੰਬਰ ਨੂੰ ਡੇ ਫਾਰ ਇਲੀਮੀਨੇਸ਼ਨ ਆਫ ਵੋਲੈਂਸ ਅਗੇਂਸਟ ਔਮਨ ਹੈ ਅੱਜ ਦਾ ਸੈਗਮੈਂਟ ਸ਼ਿਦਦਰ ਬਕਸ਼ਿੰਦਰ ਜਿਸ ਵਿੱਚ ਗੱਲਬਾਤ ਦਾ ਵਿਸ਼ਾ ਰਹੇਗਾ ਵੋਲੈਂਸ ਅਗੇਂਸਟ ਔਮਨ ਹਰ ਜਿਸ ਨੂੰ ਲੈ ਕੇ ਪੇਸ਼ ਹੋ ਰਹੇ ਹਨ ਡਾਕਟਰ ਸ਼ਿੰਦਰਪਾਲ ਸਿੰਘ ਪੁਰੀਵਾਲ ਅਤੇ ਬਕਸ਼ਿੰਦਰ ਜੀ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਮਹਿਕ ਪੰਜਾਬ ਦੀ ਬਾਬਾ ਜੀ ਅੱਜ ਤੁਹਾਡੇ ਨਾਲ ਇੱਕ ਵੱਡੀ ਗੱਲ ਕਰਨੀ ਹੈ ਬਹੁਤ ਵੱਡੀ ਗੱਲਾਂ ਵੱਡੀਆਂ ਹੀ ਕਰਦੇ ਮਹਾਰਾਜ ਤੁਸੀਂ ਕਦੇ ਗੱਲ ਛੋਟੀ ਕੀਤੀ ਹੈ ਨਹੀਂ ਕਈ ਵਾਰੀ ਆਪਾਂ ਗੱਲਾਂ ਚੋਂ ਗੱਲ ਵੀ ਨਿਕਲਦੀ ਹੈ ਅੱਜ ਮੇਰੇ ਮਨ ਜਾਇਆ ਕਿਉਂਕਿ ਆਪਣੇ ਇੱਕ ਸਾਰੀ ਦੁਨੀਆ ਦੀ ਬਾਡੀ ਹੈ ਯੂਨਾਈਟਿਡ ਨੇਸ਼ਨ ਸੰਯੁਕਤ ਰਾਸ਼ਟਰ ਜਿਹਨੂੰ ਕਮੇਟੀ ਮੁਲਕਾਂ ਦੀ ਮੁਲਕਾਂ ਦੀ ਕਮੇਟੀ ਜਿਹੜੀ ਕਹਿੰਦੇ ਹੈ ਉਹਦੇ ਇੱਕ ਸੱਤਰ ਯਾਨੀ ਮੈਂਬਰਸ ਆ ਅੱਛਾ ਜੀ ਤਾਂ ਉਹ ਕਈ ਵਾਰ ਬਹੁਤ ਜਿਹੜੇ ਦੁਨੀਆਂ ਦੇ ਵਿੱਚ ਅਹਿਮ ਮੁੱਦੇ ਆ ਨਾ ਜਿਹਦੇ ਵਿੱਚ ਸਾਰੇ ਹੀ ਮੁਲਕਾਂ ਦਾ ਇਹ ਮਤਲਬ ਇਹ ਇਕੱਲੇ ਮੁਲਕ ਦਾ ਅਮਰੀਕਾ ਕੈਨੇਡਾ ਦਾ ਜਾਂ ਇੰਡੀਆ ਦਾ ਇੱਕ ਮੁਲਕ ਦੀ ਨਹੀਂ ਸੋਚਦੀ ਉਹ ਉਹ ਸਾਰੇ ਮੁਲਕਾਂ ਦੀ ਗੱਲ ਸੋਚਦੀ ਆ ਹਮ ਤਾਂ ਇਸ ਮਹੀਨੇ ਦੀ 25 ਤਰੀਕ ਨੂੰ ਅੱਛਾ ਜੀ ਉਹਨਾਂ ਨੇ ਇੱਕ ਅੰਤਰਰਾਸ਼ਟਰੀ ਦਿਨ ਮਨਾਉਂਦੇ ਆ ਇਸ ਗੱਲ ਤੇ ਕਿ ਔਰਤਾਂ ਦੇ ਖਿਲਾਫ ਜੋ ਤਸ਼ੱਦਦ ਹੋ ਰਿਹਾ ਉਹ ਬੰਦ ਕੀਤਾ ਜਾਵੇ ਵਧੀਆ ਗੱਲ ਹੈ ਜੀ ਇਹ ਦੇਖੋ ਇਹ ਕਿੰਨੀ ਵੱਡੀ ਗੱਲ ਹੈ ਔਰ ਉਹਨਾਂ ਨੇ ਇਹ ਵੀ ਗੱਲ ਕਹਿੰਦੇ ਆ ਕਿ ਇਕੱਲੇ ਇੱਕ ਮੁਲਕ ਦੀ ਗੱਲ ਨਹੀਂ ਆ ਕਈਆਂ ਮੁਲਕਾਂ 'ਚ ਹੋ ਸਕਦਾ ਥੋੜਾ ਜਿਹਾ ਜ਼ਿਆਦਾ ਹੋਵੇ ਕਈਆਂ 'ਚ ਘੱਟ ਹੋਵੇ ਇਹ ਗੱਲ ਤਾਂ ਜਣੀ ਉਹਨਾਂ ਦਾ ਇਹ ਫੈਸਲਾ ਵੀ ਸਾਬਤ ਕਰਦਾ ਨਾ ਡਾਕਟਰ ਸਾਹਿਬ ਵੀ ਔਰਤਾਂ ਨਾਲ ਧੱਕਾ ਹਰੇਕ ਮੁਲਕ 'ਚ ਹੀ ਹੁੰਦਾ ਹਰ ਥਾਂ ਹੁੰਦਾ ਤੁਸੀਂ ਇੱਥੇ ਕੈਨੇਡਾ ਦੇ ਵਿੱਚ ਲੈ ਲਓ ਉਹਨਾਂ ਨੇ ਦੇਖੋ ਅਸੀਂ ਕਹਿੰਦੇ ਆ ਕਿ ਇੱਥੇ ਕਾਨੂੰਨ ਕਿੰਨੇ ਆ ਕਿੰਨਾ ਵਧੀਆ ਸਿਸਟਮ ਆ ਹਰ 5 ਦਿਨਾਂ ਬਾਅਦ ਇੱਕ ਔਰਤ ਦਾ ਕਤਲ ਹੁੰਦਾ ਇੱਥੇ ਹਰ 5 ਦਿਨਾਂ ਦੇ ਬਾਅਦ ਇੱਕ ਔਰਤ ਮਾਰੀ ਜਾਂਦੀ ਹੈ ਉਹਦੇ ਹੱਥੋਂ ਜਿਹੜਾ ਬੰਦਾ ਜਾਂ ਉਹਦਾ ਪਤੀ ਆ ਜਾਂ ਬੁਆਏਫਰੈਂਡ ਆ ਅੱਛਾ ਜੀ ਮਤਲਬ ਜਿਹੜੇ ਉਹ ਮਹੀਨੇ 'ਚ 6 ਮਾਰ ਦਿੰਦੇ ਦਾ ਮਤਲਬ ਇਹੀ ਹੋਇਆ ਨਾ ਮਹੀਨੇ ਦੇ ਵਿੱਚ 6 ਮਾਰ ਦਿੰਦੇ ਆ ਤੁਸੀਂ ਇਹ ਦੇਖੋ ਔਰ ਦੁਨੀਆ ਦੇ ਵਿੱਚ ਉਹਨਾਂ ਨੇ ਫਿਗਰ ਦਿੱਤੇ ਯੂਨਾਈਟਿਡ ਨੇਸ਼ਨਸ ਨੇ ਉਹ ਕਹਿੰਦੇ 50 ਲੱਖ ਔਰਤਾਂ ਨੂੰ ਕਤਲ ਕੀਤਾ ਜਾਂਦਾ ਮਰਦਾਂ ਵੱਲੋਂ ਸਾਰੀ ਦੁਨੀਆ ਦੇ ਵਿੱਚ ਇਹ ਇੰਦੀ ਸਾੜ ਸਤੀ ਕੀ ਕੀ ਸੋਚਦੇ ਹੋਣਗੇ ਜੀ ਇਹ 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 ਦੇਖੋ ਪੁਰਾਣਾ ਜਿਹੜਾ ਸਮਾਜ ਹੁੰਦਾ ਸੀ ਸਾਡਾ ਮਰਦ ਪ੍ਰਧਾਨ ਉਦੋਂ ਇੱਕ ਸਿਸਟਮ ਇਦਾਂ ਦਾ ਸੀ ਵੀ ਉਹ ਜਿਹੜੇ ਸਰੀਰਕ ਤੌਰ ਤੇ ਤਕੜੇ ਸੀ ਮਰਦ ਸਰੀਰਕ ਤੌਰ ਤੇ ਜਿਆਦਾ ਤਕੜਾ ਹਾਲਾਂਕਿ ਕਈ ਕੁੜੀਆਂ ਐਡੀਆਂ ਤਕੜੀਆਂ ਹੁਣ ਹੁਣ ਉਹਨਾਂ ਦੇ ਦੂਸਰਾ ਦਿਮਾਗੀ ਤੌਰ ਤੇ ਬੜੀਆਂ ਤਿੱਖਾ ਦਿਮਾਗ ਆ ਗਿਆ ਤਿੱਖਾ ਦਿਮਾਗ ਪਰ ਉਹਨਾਂ ਦੇ ਨਾਲ ਸ਼ੁਰੂ ਤੋਂ ਲੈ ਕੇ ਉਹਨਾਂ ਜ਼ਮਾਨਿਆਂ 'ਚ ਜਦੋਂ ਗੁਲਾਮੀ ਦਾ ਮੁਲਕ ਹੁੰਦਾ ਸੀ ਜਦੋਂ ਫਿਊਡਲਿਜ਼ਮ ਹੁੰਦਾ ਸੀ ਮਤਲਬ ਜ਼ਗੀਰਦਾਰੀ ਰਾਜ ਹੁੰਦਾ ਸੀ ਉਹ ਮਰਦ ਪ੍ਰਧਾਨ ਕੀ ਰਹੀ ਜਿਹੜੀ ਅਜੇ ਤੱਕ ਵੀ ਉਹ ਦਿਮਾਗ ਦੇ ਵਿੱਚੋਂ ਨਹੀਂ ਨਿਕਲ ਰਹੀ ਹੁਣ ਤੁਸੀਂ ਦੇਖੋ ਇੱਥੇ ਦਬਦਵਾ ਚੌਧਰ ਸਾਡੇ ਬਜ਼ੁਰਗਾਂ ਦੀ ਗੱਲ ਕਰਦੇ ਹੁੰਦੇ ਸੀ ਕਿ ਖੇਤੀਬਾੜੀ ਕਰਨੀ ਆ ਤਾਂ ਉਥੇ ਜ਼ਿਆਦਾ ਬੰਦੇ ਹੋਣਗੇ ਤਾਂ ਹਾਲ ਜ਼ਿਆਦਾ ਚੱਲਣਗੇ ਪਰ ਇੱਥੇ ਹੁਣ ਦੱਸੋ ਮੈਨੂੰ ਵੀ ਕਿਹੜੇ ਖੇਤੀਬਾੜੀ ਆ ਤਾਂ ਕਿਹੜੇ ਮੁੰਡੇ ਆ ਜਿਹੜੇ ਇਕੱਲੇ ਹਾਲ ਚਲਾਉਂਦੇ ਆ ਹੂੰ ਹੂੰ ਕੁੜੀਆਂ ਇੱਥੇ ਵੀ ਮਾਰੀ ਜਾਂਦੇ ਆ ਇੱਥੋਂ ਵੀ ਟੈਸਟ ਕਰਵਾ ਕੇ ਜਾਂਦੇ ਆ ਕਿ ਕੁੜੀ ਆ ਜਾਂ ਮੁੰਡਾ ਆ ਜਾਂ ਯੂਐਸ ਚੋਂ ਕਰਾ ਕੇ ਜਾਂਦੇ ਜਾਂ ਫਿਰ ਉਹ ਇੰਡੀਆ ਜਾ ਕੇ ਅਬੋਰਸ਼ਨ ਕਰਾਉਣਗੇ ਜਾਂ ਯੂਐਸ ਚ ਜਾ ਕੇ ਅਬੋਰਸ਼ਨ ਕਰਾਉਣਗੇ ਜਿਹਨੂੰ ਅਸੀਂ ਭਰੂਣ ਹੱਤਿਆ ਕਹਿੰਦੇ ਆ ਇਹ ਤਾਂ ਬਹੁਤ ਮਾੜੀ ਗੱਲ ਹੈ ਜੀ ਇਹ ਤਾਂ ਆ ਤਾਂ ਆਪਾਂ ਇਹਨੀ ਗੱਲ ਕਰਦੇ ਸੀ ਵੀ ਉਦਾਂ ਪੜੀਆਂ ਪੜਾਈਆਂ ਜਾਂ ਵਿਆਹਾਂ ਬੜੀਆਂ ਔਰਤਾਂ ਨੂੰ ਬਸਦੀਆਂ ਦਸਦੀਆਂ ਨੂੰ ਮਾਰ ਦਿਆ ਆ ਤਾਂ ਕੁੱਖ ਦੀ ਮਾਰਨ ਵਾਲੀ ਗੱਲ ਹੋਈ ਇਹ ਕੁੱਖ ਸਾਡੇ ਖਾਸ ਤੌਰ ਤੇ ਪੰਜਾਬ ਤੇ ਹਰਿਆਣਾ ਉਹਨਾਂ ਦੇ ਫਿਗਰਸ ਇਹ ਆ ਕਿ 20% ਕੁੜੀਆਂ ਜੰਮਣ ਤੋਂ ਪਹਿਲਾਂ ਕੁਖ ਚ ਮਾਰ ਦਿੰਦੇ ਨੇ ਬੋਲੋ ਬੋਲੋ ਅੱਛਾ ਉਹਨਾਂ ਨੂੰ ਜਾ ਕੇ ਪੁੱਛੋ ਉਹ ਤੁਹਾਨੂੰ ਫਟਾਫਟ ਕਹਿਣਗੇ ਅਸੀਂ ਤਾਂ ਜੀ ਯਕੀਨ ਕਰਦੇ ਹਾਂ ਬਾਬੇ ਨਾਨਕ ਨੇ ਕਿਹਾ ਸੀ ਸੋ ਕਿਉ ਮੰਦਾ ਆਖੀਏ ਜਿੱਤ ਜਮੇ ਰਜਾਨ ਦੇਖੋ ਜੀ ਅਸੀਂ ਤਾਂ ਦੁਰਗਾ ਪੂਜਾ ਕਰਨ ਵਾਲੇ ਆ ਅਸੀਂ ਤਾਂ ਮਾਂ ਸਰਸਵਤੀ ਨੂੰ ਪੂਜਦੇ ਆ ਅਸੀਂ ਤਾਂ ਮਾਂ ਸ਼ੇਰਾਂ ਵਾਲੀ ਦਾ ਨਾਮ ਲੈਨੇ ਆ ਇਹਨਾਂ ਨੂੰ ਮਾਂ ਲక్ష్ਮੀ ਨੂੰ ਪੂਜ ਕੇ ਹਟੇ ਆ ਅਸੀਂ ਸਾਡੇ ਦੀਵਾਲੀ ਦੀਵਾਲੀ ਹੋ ਕੇ ਆਈ ਹੈ ਪਰ ਉਹ ਮਾਂ ਲక్ష్ਮੀ ਨੂੰ ਜੰਮਣ ਨਹੀਂ ਦੇਣਾ ਇੰਦਾ ਤਸ਼ੱਦਦ ਹੋ ਰਿਹਾ ਉਹ ਅੰਤਰਰਾਸ਼ਟਰੀ ਜਿਹੜਾ ਪੂਜਾ ਕਰੀ ਜਾਵਾਂਗੇ ਮਾਂ ਲਕਸ਼ਮੀ ਦੀ ਜਮੇ ਕੇ ਹੋਰ ਦੇ ਘਰੇ ਜਾ ਕੇ ਉਹ ਇਹ ਦੇਖੋ ਅ اچھا ਉਹਨਾਂ ਤੋਂ ਹੋਰ ਤਸ਼ੱਦਦ ਦੇਖੋ ਬੁਲਾਤਕਰ ਐਨੇ ਜ਼ਿਆਦਾ ਹੁੰਦੇ ਆ ਤੁਸੀਂ ਦੇਖਿਆ ਹੋਣਾ ਹਿੰਦੁਸਤਾਨ ਦੇ ਵਿੱਚ ਹਰ ਰੋਜ਼ ਕੋਈ ਇਦਾਂ ਦੀਆਂ ਬਹੁਤ ਵੱਡੀਆਂ ਵੱਡੀਆਂ ਖਬਰਾਂ ਆ ਰਹੀਆਂ ਨੇ ਉਹ ਆਪਣੀ ਮਰਦਾਨਗੀ ਦਿਖਾਉਣ ਲਈ ਕੁੜੀਆਂ ਤੇ ਔਰਤਾਂ ਤੇ ਇੰਨਾ ਤਸ਼ੱਦਦ ਕੀਤਾ ਜਾਂਦਾ ਮੇਰਾ ਖਿਆਲ ਜਿਹੜਾ ਕੋਈ ਇਨਸਾਨ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਜੇ ਕੁੜੀ ਮਾਰ ਦਾ ਪਤਾ ਲੱਗ ਗਿਆ ਤਾਂ ਉਹ ਕਹਿੰਦੇ ਨੇ ਕੁੜੀ ਮਾਰਾਂ ਦਾ ਘਰ ਆ ਉਹ ਹੂੰ 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 ਪੁਰਾਣੇ ਜ਼ਮਾਨਿਆਂ ਦੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਨਾ ਪੁਰਾਣੇ ਜ਼ਮਾਨੇ ਮਾੜੇ ਹੁੰਦੇ ਸੀ ਉਦੋਂ ਵੀ ਲੋਕਾਂ 'ਚ ਇੰਨੀ ਸਭਿਤਾ ਸੀ ਇਨਸਾਨੀਅਤ ਨਾਲ ਦੇ ਦਿਮਾਗ ਨਾਲ ਸੋਚਦੇ ਸੀ ਪਸ਼ੂ ਵਰਤੀ ਨਾਲ ਨਹੀਂ ਸੋਚਦੇ ਕਿ ਉਹ ਜਿਹੜੀ ਔਰਤ ਹੈ ਜਿਹਨੇ ਸਾਰਾ ਸੰਸਾਰ ਜਨਮਿਆ ਸੋ ਕਿਉਂ ਮੰਦਾ ਆ ਕੇ ਜਿੱਤ ਜਮੇ ਰਾਜਾ ਜਿਹਨੇ ਰਾਜਿਆਂ ਨੂੰ ਜਨਮ ਦਿੱਤਾ ਸੂਰ ਬੀਰਾਂ ਨੂੰ ਜਨਮ ਦਿੱਤਾ ਉਹਨੂੰ ਤੁਸੀਂ ਜੰਮਣੇ ਨਹੀਂ ਦੇਣਾ ਇਹ ਦਾਸ ਸਾਹਿਬ ਇਹ ਤਾਂ ਦੇਖੋ ਗੱਲ ਆ ਵੀ ਅਸੀਂ ਕਹਿੰਨੇ ਆ ਜੀ ਬਈ ਮੁੰਡੇ ਹੀ ਹੋਣ ਹੈ ਨਾ ਬਈ ਮੁੰਡੇ ਹੋਣ ਜੇ ਕੱਲ ਨੂੰ ਕੁੜੀਆਂ ਦੇ ਕੁਤਰਾ ਧਰ ਲਿਆ ਤੁਸੀਂ ਵੀ ਸਹਰਿਓ ਇਹ ਕੁੜੀਆਂ ਦੇ ਵਿਆਹ ਕਿਹਨਾਂ ਨਾ ਕਰਨੇ ਆ ਨਾ ਮਾਸੀ ਰਹੂ ਜੇ ਦੂਜੀ ਕੁੜੀ ਨਹੀਂ ਹੋਣੀ ਨਾ ਭੂਆ ਇਹ ਇਹ ਰਿਸ਼ਤੇ ਖਤਮ ਹੋ ਜਾਣਗੇ ਰਿਸ਼ਤੇ ਪਰ ਉਹ ਜਿਹੜਾ ਬੰਦਾ ਸੋਚਦਾ ਹੈ ਨਾ ਜਿਹੜੇ ਆਪਣੇ ਲੜਕੀਆਂ ਨੂੰ ਮਾਰਦੇ ਆ ਭਰੋਣਾ ਹੱਤਿਆ ਕਰਦੇ ਆ ਹਾਂਜੀ ਇਹਨਾਂ ਦੇ ਦਿਮਾਗ ਚ ਆ ਵੀ ਸਾਡੇ ਕੁੜੀ ਨਹੀਂ ਹੋਣੀ ਚਾਹੀਦੀ ਬਾਕੀਆਂ ਦੇ ਹੋ ਜਾਣ ਹੂੰ ਹੂੰ ਅਮੇਚਾ ਹੁੰਦਾ ਨਾ ਸਾਡੇ ਚੋਰੀ ਨਹੀਂ ਹੋਣੀ ਚਾਹੀਦੀ ਦੂਜਿਆਂ ਦੀ ਹੋ ਜਵੇ ਸਾਡੇ ਡਾਕਾ ਨਹੀਂ ਪੈਣਾ ਚਾਹੀਦਾ ਦੂਜਿਆਂ ਦੇ ਹੋਵੇ ਅਸੀਂ ਉਹ ਆ ਜਿਹੜੇ ਬੰਦੇ ਸੋਚਦੇ ਕਿ ਜੇ ਜੰਗਲ 'ਚ ਅੱਗ ਲੱਗ ਗਈ ਹੈ ਨਾ ਸਾਡਾ ਘਰ ਬਜ ਜਾਣਾ ਹੂੰ ਪਰ ਜੇ ਜੰਗਲ 'ਚ ਅੱਗ ਲੱਗੀ ਹੋਵੇ ਕਦੇ ਕਿਸੇ ਦਾ ਕੱਲਾ ਘਰ ਬਚਾਇ ਨਹੀਂ ਇਹ ਤਾਂ ਜੰਗਲ ਨੂੰ ਅੱਗ ਲੱਗਣ ਵਾਲੀ ਗੱਲ ਹੈ ਜੀ ਦੇਖੋ ਜੇ ਅਸੀਂ ਔਰਤ ਨੂੰ ਆਪਣੇ ਰਿਸ਼ਤੇ ਦੇ ਤੌਰ ਤੇ ਦੇਖਣਾ ਹੈ ਹੂੰ ਔਰਤ ਸਾਡੀ ਮਾਂ ਆ ਬਿਲਕੁਲ ਸਭ ਤੋਂ ਪਹਿਲਾਂ ਅਸੀਂ ਇੱਥੇ ਤਾਂ ਆ ਕਿਉਂਕਿ ਸਾਡੀ ਮਾਂ ਆ ਬਿਲਕੁਲ ਬਿਲਕੁਲ ਔਰਤ ਸਾਡੀ ਭੈਣ ਆ ਬਿਲਕੁਲ ਜੇ ਸਾਡੀ ਭੈਣ ਨਾਲ ਕੋਈ ਬਦਤਮੀਜ਼ੀ ਕਰਕੇ ਦੇਖੇ ਅਸੀਂ ਉਦਾਂ ਹੀ ਸਾਡਾ ਖੂਨ ਖੋਲਦਾ ਅਸੀਂ ਜਾਣੇ ਉਹਨੂੰ ਫੜਦੇ ਆ ਰਿਸ਼ਤਾ ਇਹੋ ਜਿਹਾ ਹੈ ਜੀ ਰਿਸ਼ਤਾ ਸਾਡਾ ਇਹੋ ਜਿਹਾ ਹੈ ਸਾਡੀ ਬੇਟੀ ਨਾਲ ਕੋਈ ਹੱਥ ਵੀ ਚੱਕ ਕੇ ਦੇਖੇ ਅੱਖ ਵੀ ਚੱਕ ਕੇ ਦੇਖੇ ਉਹ ਸਾਡੀ ਬੇਟੀ ਹੈ ਪਰ ਇਹ ਸਮਝ ਨਹੀਂ ਆਉਂਦਾ ਬੰਦਿਆਂ ਨੇ ਕਿ ਜਿਹੜੀ ਪਤਨੀ ਆ ਇਹ ਵੀ ਸਾਡੀ ਕਿਸੇ ਦੀ ਭੈਣ ਆ ਕਿਸੇ ਦੀ ਬੇਟੀ ਆ ਕਿਸੇ ਦੀ ਬੇਟੀ ਆ ਉਹਦੇ ਤੇ ਹੱਥ ਚੱਕਣ ਲੱਗੇ ਤੁਸੀਂ ਇਹੀ ਸੋਚਦੇ ਆ ਅਕਸਰ ਬੰਦੇ ਕਹਿੰਦੇ ਮੈਂ ਸੁਣਿਆ ਉਹ ਇਹ ਬੋਲਦੀ ਬਹੁਤ ਸੀ ਹਾਂ ਬੱਚੇ ਤੇਰੇ ਵੀ ਜ਼बान ਰੱਬ ਨੇ ਨਹੀਂ ਲਾਈ ਆ ਤੇਰੀ ਆਵਾਜ਼ ਐਕਚੁਅਲੀ ਜਿਆਦੀ ਆ ਦੂਜਿਆਂ ਨਾਲ ਵੀ ਤੁਸੀਂ ਵੀ ਬੋਲਿਆ ਕਰੋ ਬੋਲਣਾ ਚਾਹੀਦਾ ਹੈ ਜੇ ਉਹ ਬੋਲਦੀ ਆ ਤੂੰ ਵੀ ਬੋਲ ਕੇ ਦਿਖਾ ਦੇ ਤੋ ਇਹਦਾ ਹੱਥ ਚੱਕਣ ਦਾ ਕੀ ਕੰਮ ਹੈ ਇਹ ਤਾਂ ਗੱਲਾਂ ਹੋਰ ਵੀ ਆਪਾਂ ਕਰਾਂਗੇ ਜੀ ਆ ਜਿਹੜੇ ਕਾਲੇ ਆ ਬੰਦੇ ਕਹਿੰਦੇ ਜੀ ਸਾਡਾ ਪਹਿਲਾਂ ਮਾਲ ਵੇਚਣਾ ਅਸੀਂ ਸਾਡਾ ਸਮਾਨ ਦੀਆਂ ਮਸ਼ਹੂਰੀਆਂ ਕਰ ਲੋ ਅਸੀਂ ਤੁਹਾਡੀ ਲੋੜ ਮੁਤਾਬਕ ਤੁਹਾਨੂੰ ਪ੍ਰਾਪਰਟੀ ਲੱਭ ਕੇ ਦੇ ਦਿੰਦੇ ਹਾਂ ਕਮਰਸ਼ੀਅਲ ਜਾਂ ਰੈ residencial ਪ੍ਰਾਪਰਟੀ ਕਿ੍ਰਿਏਨ ਜਾਂ ਵਿਕਣ ਲਈ ਪ੍ਰੋਫੈਸ਼ਨਲ ਅਤੇ ਇਮਾਨਦਾਰ ਸੇਵਾ ਪ੍ਰਾਪਤ ਕਰਨ ਲਈ ਪਲੀਜ਼ ਕਾਲ ਮੀ ਐਟ 7785527636 ਕੀ ਬੋਇਆ ਕਿਸ ਨਾਲ ਲੜਕੇ ਆਈਆਂ ਤੰਤਨ ਹਰ ਲਈ ਮਜ਼ਾਕ ਹੀ ਸੁਝਦਾ ਹੈ ਕੀ ਵੈ ਮਮਮੀ ਡੈਡ ਨੂੰ ਇੰਡੀਆ ਤੋਂ ਸੁਪਰ ਵੀਜ਼ੇ ਤੇ ਮਗਾਵਲੇ ਇਮੀਗ੍ਰੇਸ਼ਨ ਨੇ ਮੇਰੀਆਂ ਗੁੱਟੀਆਂ ਕਮਾਈਆਂ ਪਈਆਂ ਕੀ ਕਹਿੰਦੇ ਆ ਕਦੇ ਕਦੇ ਆ ਪੇਪਰ ਲੈ ਕੇ ਆ ਕਦੇ ਆ ਪੇਪਰ ਲੈ ਕੇ ਓ ਮਾਈ ਗਾਡ ਮੈਂ ਤਾਂ ਦੁਖੀ ਹੋ ਚੁੱਕੀ ਆ ਬਸ ਇੰਨੀ ਗੱਲ ਤੋਂ ਘਬਰਾ ਗਈ ਆ ਆ ਇੰਨੀ ਕੀ ਗੱਲ ਜਦੋਂ ਆਪਾਂ ਨਾ ਕ੍ਰਾਉਣ ਇਮੀਗ੍ਰੇਸ਼ਨ ਦੇ ਰਾਜਪਾਲ ਪੋਰਟਗਲ ਨੂੰ ਮਿਲੇ ਨਾ ਤਾਂ ਉਹਨਾਂ ਨੇ ਕੰਮ ਮਿੱਟਾ ਸਕੇਟਚ ਕਰ ਦੇਣੇ ਨੇ ਸੱਚੀ ਮੈਂ ਤਾਂ ਐਵੇਂ ਹੀ ਘਬਰਾ ਗਈ ਸੀ 905787744 ਹੱਲ ਦੀ ਜੀ ਗੱਲ ਕਰਦੇ ਜੀ ਇਹ ਬੋਲਦੀ ਬਹੁਤ ਸੀ ਵੀ ਤੂੰ ਪਰਚੀ ਲਿਖ ਕੇ ਫੜੋ ਨਾ ਤੂੰ ਵੀ ਤਾਂ ਬੋਲ ਕੇ ਹੀ ਗੱਲ ਕਰਦਾ ਅਕਸਰ ਇਹ ਬੰਦੇ ਕਹਿੰਦੇ ਜਦੋਂ ਹੁਣ ਕਈਆਂ ਦੇ ਘਰਾਜ ਜਾਂਦੇ ਆ ਕਈਆਂ ਦੇ ਲੜਾਈ ਹੋ ਜਾਂਦੀ ਆ ਹਾਂਜੀ ਉਹ ਮੈਂ ਪੰਜਾਬੀਆਂ ਚ ਤਾਂ ਇਹ ਖਾਸ ਤੌਰ ਦਾ ਹੈ ਵੀ ਕਿ ਇਹ ਬੋਲਦੀ ਬਹੁਤ ਸੀ ਹਾਂਜੀ ਤੇ ਉਹਨਾਂ ਨੂੰ ਜਿਹੜੀ ਤੁਹਾਡੀ ਗੱਲ ਠੀਕ ਆ ਵੀ ਤੂੰ ਹੀ ਬੋਲਦਾ ਹੋਊਗਾ ਤਾਂ ਬੋਲ ਦੇ ਹਾਂ ਉਹ ਤੱਕ ਬੋਲਦੀ ਆ ਤੂੰ ਬਾਹਰ ਨਿਕਲ ਜਾ ਕਿੰਨਾ ਖਚਰ ਕੋਈ ਬੋਲ ਸਕਦਾ ਜੇ ਉਹ ਤੇਰੇ ਨਾਲੋਂ ਤਕੜੀ ਹੁੰਦੀ ਸ਼ਾਇਦ ਉਹ ਤੈਨੂੰ ਕੁੱਟਦੀ ਉਹ ਵੀ ਇਹੀ ਕਹਿ ਸਕਦੀ ਸੀ ਕਿ ਬੋਲਦਾ ਬਹੁਤ ਆ ਤੁਸੀਂ ਆਪਣੇ ਕਹਿੰਦੇ ਹੁੰਦੇ ਆ ਵੀ ਜੇ ਤੁਹਾਨੂੰ ਪਤਾ ਲੱਗਦਾ ਨਾ ਦੂਸਰੇ ਦੀ ਜੁੱਤੀ ਚੰਗੀ ਆ ਕਿ ਮਾੜੀ ਆ ਜੇ ਉਹਦੇ 'ਚ ਪੈਰ ਪਾ ਕੇ ਦੇਖੋ ਤਾਂ ਹਾਂ ਜੀ ਜੇ ਕਿਸੇ ਦੀ ਜ਼ਿੰਦਗੀ ਬਾਰੇ ਪਤਾ ਲਿਆਣਾ ਹੋਵੇ ਤੁਸੀਂ ਆਪ ਇੱਕ ਉਹ ਜ਼ਿੰਦਗੀ ਜੀ ਕੇ ਦਿਖਾ ਲਓ ਜਿਹੜੀ ਇੱਕ ਔਰਤ ਜੀਂਦੀ ਆ ਫੇ ਪਤਾ ਲੱਗਦਾ ਕਿ ਇਹ ਵੀ ਇੱਕ ਇਨਸਾਨ ਆ ਬਾਕੀ ਸਭ ਤੋਂ ਪਹਿਲਾਂ ਇੱਕ ਇਨਸਾਨ ਹੈ ਇਨਸਾਨ ਦੀਆਂ ਫੀਲਿੰਗਸ ਹੈ اچھا ਉਹ ਸਾਡੇ ਨਾਲ ਕੰਮ ਕਰਦੇ ਆ ਉਹ ਇੱਥੇ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਵੈਸਟਰਨ ਮੁਲਕਾਂ ਦੇ ਵਿੱਚ ਹੁਣ ਤਾਂ ਅੱਜ ਕੱਲ੍ਹ ਸ਼ਹਿਰਾਂ ਜਿਨ੍ਹਾਂ ਪਿੰਡਾਂ 'ਚ ਵੀ ਮਤਲਬ ਲੜਕੀਆਂ ਵੀ ਕੰਮ ਤੇ ਕਾ ਜਾਣ ਜਾਂਦੀਆਂ ਅੱਗਾ ਇਹ ਘਰ ਕਹਿੰਦੇ ਹੁੰਦੇ ਸੀ ਵੀ ਘਰ 'ਚ ਕੰਮ ਕਰਦੇ ਆ ਇਹ ਨਹੀਂ ਪਤਾ ਕਿ ਘਰ ਦਾ ਕੰਮ ਜਿਹੜਾ ਸੀ ਉਹ ਕਦੇ ਮੁੱਕਦਾ ਹੀ ਨਹੀਂ ਸੀ ਹਮ ਹੁਣ ਬਾਹਰ ਤੋਂ ਕੰਮ ਕਰਕੇ ਆਉਂਦੀਆਂ ਤੇ ਫੇਰ ਉਹਨਾਂ ਨੂੰ ਘਰ ਦੇ ਵਿੱਚ ਉਹਨਾਂ ਕੰਮ ਕਰਨਾ ਪੈਂਦਾ ਹਮ ਹਮ ਇਹ ਕਦੇ ਦਿਮਾਗ 'ਚ ਨਹੀਂ ਆਇਆ ਕਿ ਕੰਮ ਦੇ ਵਿੱਚ ਵੀ ਅਸੀਂ ਥੋੜਾ ਜਿਹਾ ਸ਼ੇਅਰ ਕਰੀਏ। ਉਹਨਾਂ ਤੇ ਜਿਹੜਾ ਤਸ਼ੱਦਦ ਹੋ ਰਿਹਾ ਉਹ ਵਾਧੂ ਹੋ ਰਿਹਾ ਕੰਮ ਦੇ ਬਾਹਰ ਕੰਮ ਕਰਨ ਤੇ ਘਰ ਕੰਮ ਕਰਨ ਤੇ ਉਸ ਤੋਂ ਬਾਅਦ ਤਸ਼ੱਦਦ ਹੋ ਰਿਹਾ ਉਹਨਾਂ ਤੇ। ਔਰ ਸਭ ਤੋਂ ਜ਼ਿਆਦਾ ਤਸ਼ੱਦਦ ਜਿਹੜਾ ਯੂਨ ਵਾਲੇ ਕਹਿੰਦੇ ਆ ਉਹ ਉਹ ਕਰਦੇ ਆ ਜਿਹੜੇ ਉਹਨਾਂ ਦੇ ਪਤੀ ਆ ਜਾਂ ਬੁਆਏਫਰੈਂਡ ਆ। ਹਮਮ ਬਾਲੇ ਇਸ ਕੰਮ ਲਈ ਅਸੀਂ ਸਮਾਜ ਨੂੰ ਜਾਂ ਦੂਜੇ ਲੋਕਾਂ ਨੂੰ ਵੀ ਬੁਰਾ ਨਹੀਂ ਕਹਿ ਸਕਦੇ। ਇਹ ਇਹ ਸਾਰਾ ਕੁਝ ਘਰ 'ਚ ਹੀ ਹੋਈ ਜਾਂਦਾ। ਇਹ ਸਾਰਾ ਕੁਝ ਘਰ 'ਚ ਹੁੰਦਾ। ਔਰ ਘਰ ਦੇ ਵਿੱਚ ਅਸੀਂ ਉਸ ਸਮਾਜ ਚ ਜੀਨੇ ਆ ਜਿੱਥੇ ਆ ਤੁਸੀਂ ਪੰਜਾਬੀ ਦੇ ਗਾਉਣ ਵਾਲਿਆਂ ਦੇ ਸੁਣ ਕੇ ਦੇਖੋ ਕਈ ਉਹ ਇਸ ਤਰ੍ਹਾਂ ਬੰਦਿਆਂ ਨੂੰ ਪੇਸ਼ ਕਰਦੇ ਕਿ ਅਸੀਂ ਕੋਈ ਇਨਸਾਨ ਨਹੀਂ ਸਾਡੇ ਚ ਕੋਈ ਵਿਗਿਆਨੀ ਨਹੀਂ ਸਾਡੇ ਚ ਕੋਈ ਪੜ੍ਹੇ ਨਹੀਂ ਸਾਡੇ ਚ ਕੋਈ ਆਰਟਿਸਟ ਨਹੀਂ ਅਸੀਂ ਸਭ ਸਮੁਸ਼ਾ ਤਾਂ ਕਰਨ ਵਾਲੇ ਆ ਤੇ ਸ਼ਰਾਬ ਪੀਣ ਵਾਲੇ ਤਲਵਾਰਾਂ ਚਲਾਉਣ ਵਾਲੇ ਤੇ ਅਸੀਂ ਉਹ ਖਾਣ ਬੱਕਰੇ ਤੇ ਪੀਣੀ ਸ਼ਰਾਬਾਂ ਪੁੱਤ ਸਰਦਾਰਾਂ ਦੇ ਕਹਿੰਦਾ ਇਹ ਅਸੀਂ ਸਾਡੇ ਕਿਹੜੀ ਸਬਤ ਆ ਕਿਹੜੇ ਗੁਰੂ ਨੇ ਸਾਨੂੰ ਕਿਹਾ ਸੀ ਕਿ ਸ਼ਰਾਬਾਂ ਪੀਣੀ ਆ ਤੇ ਬੱਕਰੇ ਬਲਾਉਣੇ ਤੁਸੀਂ ਜਿੰਨੇ ਵੱਧ ਤੋਂ ਵੱਧ ਖੰਡ ਪਾਠ ਕਰਾਉਂਦੇ ਆ ਜਿੰਨੇ ਵੱਧ ਤੋਂ ਵੱਧ ਪਖੰਡ ਹੋਰ ਕਰਦੇ ਆ ਇਹਨਾਂ ਨੇ ਕਦੇ ਸਿੱਖਿਆ ਵੀ ਲਈ ਆ ਕਦੇ ਕਿ ਇਹਨਾਂ ਦੇ ਵਿੱਚੋਂ ਅਸੀਂ ਕੁਝ ਸਿੱਖੀਏ ਅਸੀਂ ਜੇ ਉਹਨਾਂ ਨੇ ਕੋਈ ਸਾਨੂੰ ਤਰੀਕਾ ਦੱਸਿਆ ਜੀਉਣ ਦਾ ਤਾਂ ਉਹ ਵੀ ਆਪਣੇ ਪਰਿਵਾਰ ਦੇ ਵਿੱਚ ਆਪਣੇ ਇਨਸਾਨੀਅਤ ਦੇ ਤੌਰ ਤੇ ਜਾਤੀ ਤੌਰ ਤੇ ਵੀ ਅਸੀਂ ਸਿੱਖੇ ਕਿ ਇਸ ਚੰਗੇ ਢੰਗ ਨਾਲ ਕਿਵੇਂ ਜੀਣਾ ਹੈ ਅਸੀਂ ਦਾ ਰਮਾਲਾ ਫੜਾ ਦਿੰਦੇ ਆ ਜੀ ਬਈ ਇਹ ਟੱਕ ਦੇ ਦੇ ਨਾਲ ਇਹ ਸਾਨੂੰ ਦਿਸੇ ਨਾ ਪੜਨੀ ਨਾ ਪਵੇ ਵਿਚਾਰ ਨਹੀਂ ਨਾ ਪਵੇ ਬਾਣੀ ਉਹ ਰਮਾਲੇ ਜਿਹੜੇ ਆ ਉਹ ਗੁਰਦੁਆਰਿਆਂ ਵਾਲੇ ਬੇਨਤੀਆਂ ਕਰਦੇ ਆ ਉਹ ਕਹਿੰਦੇ ਵੀ ਰਮਾਲੇ ਨਾ ਛਾੜਿਓ ਲੋ ਉਹ ਉਹਨਾਂ ਨੂੰ ਬਾਅਦ ਦੇ ਵਿੱਚ ਉਹ ਜਾ ਕੇ ਉਹਨੂੰ ਅੱਗ ਲਾਉਣੀ ਪੈਂਦੀ ਹੈ ਲੋ ਤਾਂ ਕਈ ਗੁਰਦੁਆਰੇ ਹਜ਼ਾਰਾਂ ਰਮਾਲੇ ਜਿਹੜੇ ਆ ਉਹ ਅੱਗ ਲਾਉਂਦੇ ਆ ਪਰ ਦੁਕਾਨਾਂ ਵਾਲੇ ਇੱਕ ਦੀ ਬਜਾਏ ਹੁਣ ਦੋ-ਦੋ ਵੇਚ ਰਹੇ ਆ ਉਹ ਕਿਦਾਂ ਉਹ ਕਹਿੰਦੇ ਕਿ ਇੱਕ ਨਹੀਂ ਦੋ ਰਮਾਲੇ ਲੈ ਕੇ ਜਾਇਆ ਕਰੋ ਇੱਕ ਹੋਰ ਢੰਗ ਦਾ ਬਣਾਉਂਦੇ ਇੱਕ ਹੋਰ ਢੰਗ ਦਾ ਬਣਾਉਂਦੇ ਬੱਲਾ 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 ਅਸੀਂ ਸਾਡੇ ਇੱਕ ਪੰਡਤ ਜੀ ਸੀ ਉੱਥੇ ਮੇਰੇ ਦੋਸਤ ਦਾ ਦਿੱਲੀ ਘਰ ਹੈ ਉਹਨਾਂ ਦੇ ਗਵਾਂਢ ਦੇ ਵਿੱਚ ਮੰਦਿਰ ਇੱਕ ਉਹ ਕਹਿੰਦਾ ਕਿ ਦੇਖੋ ਪੰਡਤ ਬੜਾ ਸਿਆਣਾ ਸੀ ਕਹਿੰਦਾ ਦੇਖੋ ਅਸੀਂ ਬਾਹਰ ਕਿੰਨੇ ਸੋਹਣੇ ਫੁੱਲ ਲੱਗਦੇ ਆ ਜਿਹੜੇ ਕੁਦਰਤ ਨੇ ਇਹਨਾਂ ਲਿਆਂਦੇ ਆ ਸਾਡੇ ਬਿਲਕੁਲ ਔਰ ਉਹ ਕਹਿੰਦਾ ਤੋੜ ਕੇ ਲੋਕੇ ਨਾ ਦਰਜਣਾਂ ਦੇ ਦਰਜਣਾ ਲਿਆ ਕੇ ਇੱਥੇ ਮੰਦਰ ਦੇ ਵਿੱਚ ਛਣਾਉਦੇ ਆ ਬਿਲਕੁਲ ਅੱਛਾ ਫੇਰ ਉਹ ਕਹਿੰਦਾ ਫੁੱਲਾਂ ਤੇ ਜਦੋਂ ਅਸੀਂ ਤੁਰਦੇ ਆ ਤਾਂ ਉਹਨਾਂ ਉਹ ਮਿਚ ਜਾਂਦੇ ਆ ਹੂੰ ਤਾਂ ਉਹਨਾਂ ਦੇ ਉਹਨਾਂ ਨੂੰ ਕਹਿੰਦਾ ਸਾਨੂੰ ਸੁੰਭਰਨਾ ਪੈਂਦਾ ਹੈ ਹਾਂਜੀ ਮਤਲਬ ਇਹ ਕਹਿ ਰਿਹਾ ਕਿ ਉਹ ਜਿਹੜਾ ਜਿਹੜੀ ਬਾਹਰ ਫੁੱਲ ਆ ਜਿਹੜਾ ਮੁਸਕਰਾਉਂਦਾ ਆ ਉਹ ਸਾਡੇ ਅੰਦਰ ਆ ਕੇ ਗੰਦ ਬਣ ਜਾਂਦਾ ਹੈ ਬਿਲਕੁਲ ਕੂੜਾ ਬਣ ਜਾਂਦਾ ਉਹ ਕੂੜਾ ਬਣ ਜਾਂਦਾ ਪਰ ਇਹ ਦਿਮਾਗ ਦੇ ਵਿੱਚ ਨਹੀਂ ਆ ਰਿਹਾ ਕਿ ਅਸੀਂ ਜੇ ਕੁਦਰਤ ਨੇ ਉਹ ਰੱਬ ਨੇ ਸਾਨੂੰ ਫੁੱਲ ਵਧਿਆ ਦਿੱਤੇ ਆ ਉਹਨਾਂ ਨੂੰ ਬਾਹਰੇ ਆਨੰਦ ਮੰਨਿਆ ਜਿਹੜੇ ਜੇ ਅਸੀਂ ਮਾਤਾ ਨੂੰ ਪੂਜਣਾ ਹੈ ਉਹ ਮਾਤਾ ਅਸੀਂ ਕਹਿੰਦੇ ਕਿ ਭਗਵਾਨ ਹੈ ਭਗਵਾਨ ਨਹੀਂ ਉਹ ਫੁੱਲ ਬਣਾਇਆ ਉਹ ਭਗਵਾਨ ਦੇ ਫੁੱਲ ਲਿਆ ਕੇ ਰਿਸ਼ਵਤ ਉਹਨੂੰ ਹੀ ਭਗਵਾਨ ਨੂੰ ਦੇਣ ਲੱਗੇ ਤੁਸੀਂ ਇਹ ਗੱਲ ਸੋਚਣ ਵਾਲੀ ਗੱਲ ਹੈ ਕੀ ਦੇਖੀ ਇਹ ਰਿਆਂ ਤੋਂ ਰੱਬ ਦੇ ਖੇੜਿਓ ਫੁੱਲ ਰੱਬ ਦੇ ਤੋੜ ਕੇ ਮੋਹਰੇ ਰੱਖ ਦਿੱਤੇ ਤਾਂ ਆਪ ਕੋਈ ਪੱਲਿਓਂ ਕੀ ਦਿੱਤਾ ਰੱਬ ਨੇ ਇਹ ਔਰਤ ਬਣਾਈ ਹੈ ਔਰ ਗੁਰੂ ਨਾਨਕ ਦੇਵ ਜੀ ਕਹਿੰਦੇ ਸੀ ਕਿ ਜੇ ਰੱਬ ਤੋਂ ਬਾਅਦ ਕਿਸੇ ਦਾ ਰਤਵਾ ਉੱਚਾ ਆ ਇਹ ਇੱਕ ਔਰਤ ਦਾ ਰਤਵਾ ਉੱਚਾ ਕਿਉਂਕਿ ਰੱਬ ਚ ਨਵੀਂ ਚੀਜ਼ ਪੈਦਾ ਕਰਦਾ ਇੱਕ ਔਰਤ ਵੀ ਇੱਕ ਨਵਾਂ ਜੀਵਨ ਦਿੰਦੀ ਹੈ ਉਹ ਉਤਪਤੀ ਦਾ ਜੀ ਜਰੀਆ ਆ ਅੱਗੇ ਨਾ ਕਾਂਦਾਂ ਸੰਸਾਰ ਇਹ ਨਾ ਬਦੇ ਅੱਗੇ ਜੀ ਔਰਤ ਨਾ ਹੋਵੇ ਤਾਂ ਜੀ ਔਰ ਜੇ ਔਰਤ ਨੇ ਨਾਲ ਅਸੀਂ ਅਸੀਂ ਸਭਿਆਤ ਕਹਿੰਦੇ ਨਾ ਸਾਡਾ ਮੋਲਕ ਸਭਿਆਤ ਹੈ ਸਾਡਾ ਸੰਭਿਆਚਾਰ ਚੰਗਾ ਹੈ ਤੇ ਉਹ ਸੰਭਿਆਚਾਰ ਚੰਗਾ ਹੈ ਜਿੱਥੇ ਔਰਤ ਬਰਾਬਰ ਸਾਡੇ ਨਾਲ ਰਹੇ ਔਰ ਔਰਤ ਦਾ ਮਾਣ ਸਤਕਾਰ ਹੋਵੇ ਇਹ ਜਿੱਥੇ ਔਰਤ ਦਾ ਮਾਣ ਸਤਕਾਰ ਨਹੀਂ ਉਹ ਸਭਿਆਕ ਮੋਲਕ ਨਹੀਂ ਹੋ ਸਕਦਾ ਉਹ ਬਾਰਬੇਰਕ ਮੁਲਕ ਹੋਸਾ ਉਹ ਤਾਂ ਜੀ ਕੱਲ ਉਥੇ ਗੁਰਦੁਆਰੇ ਚ ਗ੍ਰੰਤੀ ਸਾਹਿਬ ਕਹਿ ਰਹੇ ਸੀ ਵੀ ਕਹਿੰਦੇ ਵੀ ਜਿਸ ਘਰ ਵਿੱਚ ਔਰਤਾਂ ਦੀ ਇੱਜ਼ਤ ਨਹੀਂ ਹੈਗੀ ਮਾਨ ਨਹੀਂ ਹੈਗਾ ਉਥੇ ਪ੍ਰੇਤ ਵਸਦੇ ਆ ਕਹਿੰਦੇ ਅਸੀਂ ਵੀ ਬਾਬੇ ਨਾਨਕ ਦੀ ਬਸ ਤੂਫ ਤੁਕਾਰਿਆ ਬੱਤੀ ਕਰ ਲਈ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਰ ਲਿਆ ਉਹਦੀ ਸਿੱਖਿਆ ਤੇ ਅਸੀਂ ਹਮਲੇ ਨਹੀਂ ਕਰਨਾ ਜਿਹਨੇ ਕਿਹਾ ਭਈ ਜਿਤ ਜੰਮੇ ਰਾਜਾਨ ਰਾਜਿਆਂ ਨੂੰ ਵੀ ਜਨਮ ਦਿੰਦੀਆਂ ਸਾਨੂੰ ਗੁਰੂਆਂ ਦੇ ਪਾਇ ਪੂਰਨਿਆ ਤੇ ਵੀ ਚੱਲਣਾ ਚਾਹੀਦਾ A1 Wireless ਜੋ ਆਪਣੀ ਕਮਿਊਨਿਟੀ ਵਿੱਚ ਆਪਣੀ ਸੇਵਾਵਾਂ ਲਈ ਜਾਣੇ ਪਹਿਚਾਨੇ ਜਾਂਦੇ ਨੇ ਜਿਨ੍ਹਾਂ ਕੋਲ ਵਰਜਨ ਮੋਬਾਈਲ ਦੇ ਸ਼ਾਨਦਾਰ ਪਲਾਨ ਅਤੇ ਬੈਲ ਨੈਟਵਰਕ ਦੀਆਂ ਸੈਟਲਾਈਟ ਸਰਵਿਸਿਜ਼ ਤੋਂ ਇਲਾਵਾ ਮੋਬਾਈਲ ਫੋਨ ਦੇ ਪਲਾਨ ਵਿੱਚ ਵੀ ਡੀਲ ਕਰਦੇ ਨੇ ਇਹਨਾਂ ਕੋਲ ਬੇਸਿਕ ਫੋਨ ਤੋਂ ਲੈ ਕੇ Sony Samsung HTC ਅਤੇ iPhone ਦੇ ਲੇਟੈਸਟ ਫੋਨ ਦੇ ਨਾਲ ਉਹਨਾਂ ਦੀ ਐਕਸੈਸਰੀਜ਼ ਵੀ ਰੱਖਦੇ ਨੇ ਇਹਨਾਂ ਦੀ ਸਰੀ ਅਤੇ ਐਵਸਫੋਰ ਦੀ ਲੋਕੇਸ਼ਨ ਤੇ ਪਹੁੰਚ ਕੇ ਇਹਨਾਂ ਦੀ ਬਿਹਤਰੀਨ ਸਰਵਿਸਿਜ਼ ਦਾ ਫਾਇਦਾ ਉਠਾਓ ਅੱਜ ਹੀ ਪਹੁੰਚੋ A1 ਵਾਇਰਲੈਸ ਤੇ ਦੇ ਟ੍ਰਿਪਲ ਏ ਆਟੋ ਬਾਡੀ ਆਪਣੇ ਭਰਾਵਾਂ ਦੀ ਬਨਵੀ ਵਿੱਚ ਵਨ ਆਫ ਦਾ ਬਿਗੇਸਟ ਆਈਸੀਬੀਸੀ ਆਥਰਾਇਜ਼ਡ ਆਟੋ ਬਾਡੀ ਸ਼ਾਪ ਜਿਨ੍ਹਾਂ ਕੋਲ ਐਕਸਪ੍ਰੈਸ ਵੈਲੇ ਸਰਵਿਸ ਤੋਂ ਇਲਾਵਾ ਐਕਸਪੀਰੀਅੰਸ ਅਦਰ ਸਰਟੀਫਾਈਡ ਟੈਕਨੀਸ਼ੀਅਨਸ ਵੀ ਹਨ ਤੇ ਬਿਨਾਂ ਸ਼ੱਕ ਹਾਈ ਟੈਕ ਕੰਪਿਊਟਰਾਈਜ਼ਡ ਪੇਂਟ ਸ਼ਾਪ ਬੂਥ ਦੀ ਵੀ ਫੈਸਿਲਿਟੀ ਹੈਗੀ ਤੁਹਾਡੇ ਸਾਰੀ ਜ਼ਰੂਰਤਾਂ ਲਈ ਜਿਵੇਂ ਡੈਂਟਿੰਗ ਪੇਂਟਿੰਗ ਜਾਂ ਕੋਲੀਜਨ ਸਰਵਿਸਿਜ਼ ਲਈ ਫੋਨ ਕਰੋ ਹਰਮੇਸ਼ ਸ਼ਰਮਾ 6429991054 ਦੇ ਕੈਨ ਹੈਂਡਲ ਆਈਸੀਬੀਸੀ ਕਲੇਮ ਐਂਡ ਇਨਸਪੈਕਸ਼ਨ ਇੰਡੀਪੈਂਡੈਂਟਲੀ